ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਸਥਿਤ ਬੱਡਵਰ ਟੋਲ ਪਲਾਜ਼ਾ ਤੇ ਲਗਾਇਆ ਪੱਕਾ ਧਰਨਾ। ਬਿਨਾਂ ਟੈਕਸ ਤੋਂ ਲੰਘਾਏ ਜਾ ਰਹੇ ਸਨ ਸਾਧਨ। ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਨੂੰ ਕਾਨੂੰਨ ਬਣਾਏ ਜਾਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਪਣਾ ਸੰਘਰਸ਼ ਕੀਤਾ ਤਿੱਖਾ। ਅੱਜ ਚੰਡੀਗੜ੍ਹ ਬਠਿੰਡਾ ਰੋਡ 'ਤੇ ਸਥਿਤ ਬੱਡਵਰ ਟੋਲ ਪਲਾਜ਼ਾ 'ਤੇ ਪੱਕਾ ਧਰਨਾ ਲਗਾ ਦਿੱਤਾ ਗਿਆ। ਇਸ ਧਰਨੇ ਨਾਲ ਸਿਰਫ ਟੋਲ ਪਲਾਜ਼ੇ ਨੂੰ ਬੰਦ ਕੀਤਾ ਗਿਆ ਹੈ, ਜਦੋਂ ਕਿ ਆਵਾਜਾਈ ਦੇ ਸਾਧਨ ਬਿਨਾਂ ਕਿਸੇ ਟੈਕਸ ਦਿੱਤਿਆਂ ਰੋਕ ਟੋਕ ਚੱਲ ਰਹੇ ਸਨ। ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਧਰਨੇ ਦਾ ਮਕਸਦ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ ਹੈ, ਸਗੋਂ ਕੇਂਦਰ ਸਰਕਾਰ ਅਤੇ ਉਸਦੀ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਨੂੰ ਕਮਜ਼ੋਰ ਅਤੇ ਲਾਚਾਰ ਸਮਝਣ ਦੀ ਗਲਤੀ ਨਾ ਕਰਨ। ਉਹਨਾਂ ਕਿਹਾ ਕਿ ਕਿਸਾਨ ਦੇ ਹੱਕਾਂ 'ਤੇ ਕਬਜ਼ਾ ਕਰਨ ਲਈ ਕੇਂਦਰ ਸਰਕਾਰ ਦੀ ਸ਼ਹਿ 'ਤੇ ਜਿਹੜੀਆਂ ਕੰਪਨੀਆਂ ਪੱਬਾਂ ਭਾਰ ਹੋ ਕੇ ਮੋਟਾ ਮੁਨਾਫਾ ਕਮਾਉਣ ਦਾ ਸੁਪਨਾ ਦੇਖ ਰਹੀਆਂ ਹਨ, ਉਹ ਚਾਹੇ ਟੋਲ ਪਲਾਜ਼ੇ ਹਨ, ਸ਼ਾਪਿੰਗ ਮਾਲ ਜਾਂ ਫਿਰ ਪੈਟਰੋਲ ਪੰਪ ਹਨ, ਉਹਨਾਂ ਸਭ ਦਾ ਘਿਰਾਓ ਕੀਤਾ ਜਾਵੇਗਾ। ਉੱਥੇ ਹੀ ਬਿਨਾਂ ਟੈਕਸ ਦਿੱਤਿਆਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਦੇ ਮੂੰਹ 'ਤੇ ਖੁਸ਼ੀ ਦੇਖੀ ਗਈ। ਗੱਲ ਕਰਦਿਆਂ ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਟੋਲ ਟੈਕਸਾਂ ਵੱਲੋਂ ਵਸੂਲ ਕੀਤੀ ਜਾਂਦੀ ਰਕਮ ਸਿੱਧੇ ਤੌਰ 'ਤੇ ਉਹਨਾਂ ਦੀ ਜੇਬ ਉੱਤੇ ਡਾਕਾ ਹੈ। ਵਾਹਨ ਚਾਲਕ ਨੇ ਖੇਤੀ ਆਰਡੀਨੈਂਸ ਨੂੰ ਸਿੱਧੇ ਤੌਰ 'ਤੇ ਕਿਸਾਨਾਂ ਨਾਲ ਧੱਕਾ ਦੱਸਿਆ। ਹੋਰ ਜਾਣਕਾਰੀ ਲਈ ਬੱਡਵਰ ਤੋਂ ਵਿਕਰਮ ਸਿੰਘ ਧਨੌਲਾ ਦੀ ਇਹ ਰਿਪੋਰਟ ਦੇਖੋ। ਜਿਹੜੇ ਅੱਜ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤਾ ਗਿਆ ਸੀ, ਉਹਦੇ ਸੰਬੰਧ ਵਿੱਚ ਕਿਸਾਨ ਦੇ ਜਿਹੜੇ ਹਾਈਵੇ 'ਤੇ ਟੋਲ ਪਲਾਜ਼ੇ ਉਹਨਾਂ ਨੂੰ ਰੋਕਿਆ ਗਿਆ। ਕੀ ਮਹਿਸੂਸ ਕਰਦੇ ਵੀ ਅੱਜ ਤੁਹਾਡਾ ਟੋਲ ਪਲਾਜ਼ੇ ਕਿਤੇ ਲੱਗਿਆ? ਨਾ ਜੀ। ਕਿੰਨੇ ਪੈਸੇ ਲੱਗਦਾ? ਹਾਂਜੀ, ਕਿਵੇਂ ਲੱਗਦਾ ਤੁਹਾਨੂੰ ਵੀ ਇਹ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ? ਹਾਂ ਜੀ, ਬਹੁਤ ਪੈਸੇ। ਜਿਹੜਾ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤਾ ਉਸ ਬਾਰੇ ਕੀ ਕਹਿਣਾ ਚਾਹੀਦਾ? ਉਹ ਜੀ, ਇਹਨਾਂ ਦਾ ਧੱਕੇ ਹੀ ਆ, ਸਰਕਾਰ ਕਰ ਰਹੀ ਹੈ ਕਿਸਾਨਾਂ। ਇੱਕ ਟੋਲ ਪਲਾਜ਼ਾ ਕਿੰਨੇ ਟੈਕਸ ਲੈਂਦਾ ਤੁਹਾਡੇ ਕੋਲ? ਟੋਲ ਪਲਾਜ਼ੇ ਤੇ ਲੈਂਸ ਪੰਪ ਰੋਕਣ ਦੀ ਕਾਲ ਕੀਤੀ ਗਈ, ਉਹਦੇ ਵਿੱਚ ਪੁਲਿਸ ਵੱਲੋਂ ਕਿਹੋ ਜਿਹੇ ਪ੍ਰਬੰਧ ਕੀਤੇ ਗਏ? ਅੱਜ ਜਿਹੜੇ ਆ ਇਹਨਾਂ ਨੇ ਵੀ ਟੋਲ ਪਲਾਜ਼ੇ ਦੇ ਵਿੱਚ ਦੀ ਪਰਚੀ ਨਹੀਂ ਕੱਟੀ, ਉਸ ਸੰਬੰਧ 'ਚ ਇਹਨਾਂ ਨੇ ਬੰਦ ਕੀਤਾ ਹੋਇਆ ਅਤੇ ਇਸ ਕਰਕੇ ਅਸੀਂ ਇੱਕ ਕੋਰਸ ਲਾਈ ਹੋਈ ਹੈ। ਮਤਲਬ ਇਹਨਾਂ ਨੇ ਵੀ ਸਾਨੂੰ ਦੱਸਿਆ ਕਿ ਅਸੀਂ ਕਿਸੇ ਨੂੰ ਰੋਕਣਾ ਨਹੀਂ ਜਾਂ ਕਿਸੇ ਕਰਨਾ ਨਹੀਂ, ਇਹ ਕੋਰਸ ਲਾਈ। ਕਿੰਨੇ ਦਿਨਾਂ ਲਈ? ਪਤਾ ਨਹੀਂ ਜੀ, ਤਾਂ ਇਹਨਾਂ ਨੂੰ ਭਰ ਲੈਂਦਾ ਕਿ ਜਿਸ ਤਰ੍ਹਾਂ। ਕੀ ਨਾਮ ਆ ਜੀ ਤੁਹਾਡਾ? ਬਲੌਰ ਛੰਨਾ ਜੀ, ਭਾਰਤੀ ਕਿਸਾਨ ਏਕਤਾ ਗਰਾਹਾਂ ਬਲਾਕ ਪ੍ਰਧਾਨ ਬਰਨਾਲਾ ਜੀ। ਕੇਂਦਰ ਸਰਕਾਰ ਨੇ ਬਿੱਲ ਨੂੰ ਕਾਨੂੰਨ ਬਣਾ ਪਾਇਆ ਅਤੇ ਕੇਂਦਰ ਸਰਕਾਰ ਵੀ ਜਿਹੜੀ ਹੋਈ ਆ, ਤੁਸੀਂ ਵੀ ਜਿਹੜੇ ਹੋਏ ਹੋ, ਜਿਹੜਾ ਤੁਸੀਂ ਟੋਲ ਪਲਾਜ਼ਾ ਜਾਮ ਕੀਤਾ ਆ, ਇਹਦੇ ਉੱਪਰ ਆਮ ਲੋਕਾਂ ਦੇ ਉੱਪਰ ਕੀ ਅਸਰ ਪਊਗਾ ਅਤੇ ਸਰਕਾਰ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜਿਹੜੇ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਅਤੇ 31 ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਅਸੀਂ ਤਾਲਮੇਲਵੇਂ ਚਾਰ ਥਾਵਾਂ 'ਤੇ ਰੇਲਾਂ ਰੋਕੀਆਂ ਹੋਈਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ, ਅਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਰਿਲਾਇੰਸ ਪੰਪ ਘੇਰੇ ਹੋਏ ਨੇ ਅਤੇ ਮੌਲ ਵੱਡੇ ਘੇਰੇ ਹੋਏ ਨੇ। ਅਣਮਿੱਥੇ ਸਮੇਂ ਲਈ ਟੋਲ ਪਲਾਜ਼ੇ ਘੇਰਨ ਜਾ ਰਹੇ ਸੀ, ਆਹ ਲੱਗਿਆ ਹੋਇਆ ਨਾਕਾ, ਫ੍ਰੀ ਲੰਘ ਰਹੇ ਨੇ ਲੋਕ। ਆਰਡੀਨੈਂਸਾਂ ਦੇ ਖਿਲਾਫ ਜਿਹੜੀਆਂ ਕੰਪਨੀਆਂ ਨੇ ਇੱਥੇ ਆਉਣਾ, ਸਾਡੀਆਂ ਜ਼ਮੀਨਾਂ ਖੋਹਣ ਲਈ ਸਾਡੇ 'ਤੇ ਹਮਲੇ ਹੋ ਰਹੇ ਨੇ, ਉਹਨਾਂ ਕੰਪਨੀਆਂ ਨੂੰ ਅਸੀਂ ਭਾਜ ਪਾਉਣ ਲਈ ਦੱਸ ਰਹੇ ਹਾਂ ਵੀ ਐਵੇਂ ਕਰਾਂਗੇ ਜਿਹੜੀਆਂ ਹੋਰ ਆਉਣਗੀਆਂ, ਜਿਵੇਂ ਅੱਜ ਪੰਜਾਬ 'ਚ ਹੋ ਰਿਹਾ। ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਰਾਸ਼ਟਰਪਤੀ ਦੇ ਸਹਿਣ ਹੋ ਗਏ ਨੇ, ਬਿੱਲ ਕਾਨੂੰਨ ਦੇ ਵਿੱਚ ਬਦਲ ਗਿਆ ਆ। ਜਿਹੜੀ ਕੇਂਦਰ ਸਰਕਾਰ ਹੈ ਉਹ ਕੰਧ 'ਤੇ ਲਿਖਿਆ ਪੜ੍ਹ ਲਏ, ਇੱਦੋਂ ਪਹਿਲਾਂ ਸਾਡੇ ਇਤਿਹਾਸ ਬਹੁਤ ਵੱਖਰੇ ਨੇ ਪੰਜਾਬ ਦੇ, ਹਿੰਦੁਸਤਾਨ ਦੇ ਅਣਖੀ ਲੋਕ ਲੜੇ ਆ, ਇਹਨਾਂ ਸਰਕਾਰਾਂ ਦੇ ਮੂੰਹ ਤੋੜਵੇਂ ਜਵਾਬ ਦਿੱਤੇ, ਇਹਨਾਂ ਦੇ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਕਾਨੂੰਨਾਂ ਨੂੰ ਲੋਕ ਪਿੱਛੇ ਧੱਕ ਦੇਣਗੇ। ਲਹਿਰ ਇਹੋ ਜਿਹੀ ਖੜੀ ਹੋਣੀ ਹੈ, ਇਹ ਸੰਘਰਸ਼ ਨੇ ਉਹ ਮੱਥੇ ਪਾੜਨ ਤੱਕ, ਸ਼ਹੀਦੀਆਂ ਤੱਕ ਜਾਣਾ, ਪਿੱਛੇ ਨਹੀਂ ਹਟਣਗੇ ਲੋਕ। ਕਿੰਨੀ ਦੇਰ ਇਹ ਸੰਘਰਸ਼ ਚੱਲੂਗਾ? ਇਹ ਸੰਘਰਸ਼ ਚਾਹੇ ਜੀ ਕਿੰਨਾ ਹੀ ਲੰਬਾ ਵਗ ਜੇ, ਅਣਮਿੱਥੇ ਸਮੇਂ ਦਾ ਸੰਘਰਸ਼ ਹੈ ਇਹ ਸੰਘਰਸ਼ ਨੂੰ ਅਸੀਂ
अगे वधावांगे ते तेज करांगे सरकार दे खिलाफ जंग साडी जारी है पंजाब दे विच।